ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੌਰਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਅਤੇ ਗਾਈਜ਼, ਬੂਟਿਆਂ ਨੂੰ ਦੇਣ ਲੱਗੀ ਸੀ ਪਾਣੀ, ਮੈਂ ਕਿਹਾ ਬਾਅਦ 'ਚੋਂ ਫਿਰ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਅਤੇ ਬਾਅਦ 'ਚੋਂ ਕਰਾਂਗੀ ਕੰਮ। ਦੇਖਿਓ ਇਸ ਬੂਟੇ ਨੂੰ ਪਤਾ ਨਹੀਂ ਲੱਗ ਰਿਹਾ ਮੇਰੇ ਕੀ ਹੋ ਗਿਆ, ਅਤੇ ਆਹ ਦੇਖੋ ਗਾਈਜ਼, ਪਤਾ ਨਹੀਂ ਜਿਹੜੇ ਗਾਰਡਨ ਵਾਲੇ ਆ, ਦੇਖਿਓ ਮੇਰਾ ਬੜਾ ਅੱਛਾ ਬੂਟਾ ਚੱਲ ਰਿਹਾ ਸੀ, ਪਤਾ ਨਹੀਂ ਲੱਗ ਰਿਹਾ ਕਿ ਇਹਨੂੰ ਕੀ ਹੋ ਗਿਆ, ਅਤੇ ਇਹਦੇ ਮੈਨੂੰ ਲੱਗ ਰਿਹਾ ਜਿਵੇਂ ਹਲਦੀ, ਇਹ ਹਲਦੀ ਜੰਮ ਗਈ ਹੋਣੀ, ਇਹ ਨਹੀਂ ਮੈਨੂੰ ਪਤਾ ਲੱਗ ਰਿਹਾ। ਹਾਂ ਹਲਦੀ ਹੈ, ਹਲਦੀ ਦਾ ਬੂਟਾ ਜੰਮ ਗਿਆ, ਮਿੱਟੀ ਸੀਗੀ, ਬਾਕੀ ਮੈਂ ਤਾਂ ਮਿੱਟੀ ਨਹੀਂ ਲਗਾ ਐਵੇਂ ਦੀ ਪਾਈ ਸੀ, ਹਲਦੀ ਵਾਲਾ ਸ਼ਾਇਦ ਬੂਟਾ ਹੋ ਗਿਆ। ਅਤੇ ਇੱਧਰ ਬੂਟੇ ਪਏ ਸੀ ਸੁੱਕੇ ਹੋਏ ਆ, ਦੇਖੋ ਇੱਕ ਹੋਰ ਆ, ਥੂਜ਼ਾ ਦਾ, ਥੂਜ਼ਾ ਕਹਿ ਦਿੰਦੇ ਹਾਂ ਵੈਸੇ ਆਪਾਂ ਪੰਜਾਬੀ 'ਚ, ਇਹਨੂੰ ਵਿੱਦਿਆ ਪੜ੍ਹਾਈ ਸ਼ਾਇਦ ਕਹਿ ਦਿੰਦੇ ਹਾਂ, ਹੈ ਨਾ ਜੀ। ਅਤੇ ਮੈਂ ਦੇਖਣ ਲੱਗੀ ਸੀ, ਮੈਂ ਕਿਹਾ ਚਲੋ ਨਾਲੇ ਬੂਟਿਆਂ ਨੂੰ ਪਾਣੀ ਦੇਵਾਂ, ਅਤੇ ਇਹ ਤਾਂ ਮੈਨੂੰ ਲੱਗਦਾ ਪਤਾ ਨਹੀਂ ਠੀਕ ਹੋਏਗਾ ਕਿ ਨਹੀਂ। ਦੇਖਿਓ ਧਿਆਨ ਨਾਲ, ਇਹ ਹਰਾ ਭਰਾ ਸੀਗਾ ਅਤੇ ਇਹ ਥੋੜ੍ਹਾ ਨਾ ਖਰਾਬ ਜਿਹਾ, ਜਿਵੇਂ ਸੁੱਕ ਜੀ ਜਾਂਦਾ ਬੂਟਾ, ਐਵੇਂ ਦਾ ਹੋ ਗਿਆ। ਬਾਕੀ ਦੇਖਦੇ ਹਾਂ, ਸ਼ਾਇਦ ਹੀ ਸਮਝ ਆ ਨਹੀਂ ਰਹੀ ਮੈਨੂੰ ਇਹਦੀ, ਅਤੇ ਹੋਰ ਬਾਕੀ ਘਰ ਦੇ ਕੰਮਾਂ ਦੇ ਨਾਲ। ਅਤੇ ਬਹੁਤ ਸਾਰਾ ਥੈਂਕ ਯੂ ਮੇਰੇ ਚੈਨਲ ਨੂੰ, ਤੁਸੀਂ ਇੰਨਾ ਪਿਆਰ ਦਿੰਦੇ ਹੋ। ਅਤੇ ਗਾਈਜ਼ ਇੱਧਰ ਆਪਾਂ, ਮੈਂ ਕਿਹਾ ਸਾਰੇ ਬੂਟਿਆਂ ਨੂੰ ਪਾਣੀ ਦੇ ਕੇ ਫਿਰ ਆਪਾਂ ਕਰਦੇ ਹਾਂ ਬਹੁਤ ਸਾਰੇ ਘਰ ਦੇ ਕੰਮ। ਆ ਦੇਖੋ ਮੈਂ ਲਾ ਤਾਂ ਲਏ ਨੇ, ਪਰ ਮੈਨੂੰ ਪਤਾ ਕਿੰਨੀ ਡਾਂਟ ਪੈਂਦੀ ਕਿ ਮੱਛਰਾਂ ਦਾ ਘਰ ਪੈਦਾ ਹੋਇਆ। ਬਹੁਤ ਸਾਰੇ ਬੂਟੇ ਮੈਂ ਬਾਹਰ ਉਦੋਂ ਗਈ ਸੀ ਨਾ ਮੋਹਾਲੀ ਗਈ ਸੀ, ਬਹੁਤ ਸਾਰੇ ਬੂਟਿਆਂ ਦਾ ਐਸਾ ਨਾਸ ਹੋ ਚੁੱਕਿਆ ਕਿ ਸਮਝ ਨਹੀਂ ਆ ਰਹੀ ਹੈ ਚੱਲਣ ਦੇ ਕਿ ਨਹੀਂ। ਵੈਸੇ ਖੜੇ ਹੈ ਪਰ ਪਤਾ ਨਹੀਂ ਲੱਗ ਰਿਹਾ। ਆ ਦੇਖੋ ਆ ਵੀ ਮੇਰਾ ਬੂਟਾ ਸਾਰਾ ਖਰਾਬ ਹੋ ਗਿਆ, ਔਰ ਨੀਚੋਂ ਹਰੀਆਂ ਹਰੀਆਂ ਪੱਤੀਆਂ ਨਿਕਲ ਰਹੀਆਂ ਹੈਗੀਆਂ। ਪਾਣੀ ਵੀ ਦੇਈਦਾ ਬੂਟਿਆਂ ਨੂੰ, ਸਭ ਕੁਛ ਦੇਈਦਾ, ਫਿਰ ਵੀ ਚਾਰ ਦਿਨ ਪਾਣੀ ਨਾ ਦਿਓ ਫਿਰ ਮੇਰੀ ਛੇੜ ਖਤਮ ਹੋ ਜਾਂਦੀ ਹੈ। ਲਓ ਜੀ ਇੱਧਰ ਨਾਸ਼ਤਾ ਪਾਣੀ ਕਰ ਲਿਆ ਸੀ, ਅਤੇ ਮੈਂ ਕਿਹਾ ਚਲੋ ਹੁਣ ਭਾਂਡੇ ਸਾਫ਼ ਕਰ ਲਈਏ ਅਤੇ ਰਸੋਈ ਦੀ ਸਫਾਈ ਕਰ ਲਈਏ, ਅਤੇ ਰਸੋਈ ਦਾ ਕੰਮ ਤਾਂ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਹੋ ਜਾਂਦਾ। ਅਤੇ ਬਾਕੀ ਅੱਜ ਕਰਨੇ ਬਹੁਤ ਸਾਰੇ ਕੱਪੜੇ ਪ੍ਰੈਸ, ਸਾਡੇ ਤੁਹਾਨੂੰ ਪਤਾ ਇੱਕ ਹੋਰ ਫੰਕਸ਼ਨ ਆ ਰਿਹਾ, ਬਾਕੀ ਦੇਖਾਂਗੇ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰਾਂਗੇ। ਸਾਨੂੰ ਜਾਣਾ ਪਊਗਾ ਜੀ ਲੁਧਿਆਣੇ, ਸਾਡੇ ਭਾਣਜਾ ਨਾ ਜਿਹੜਾ ਨਨਾਣ ਦਾ ਮੁੰਡਾ, ਉਹਨਾਂ ਨੇ ਮਕਾਨ ਲਿਆ ਜੀ, ਨਨਾਣ ਮੇਰੇ ਤਾਂ ਹੈਗੇ ਨਹੀਂ, ਐਕਸਪਾਇਰ ਹੋ ਗਏ ਨੇ। ਬਾਕੀ ਕਰਦੇ ਹਾਂ ਉੱਧਰ ਦੀਆਂ ਵੀ ਤਿਆਰੀਆਂ ਬਸ ਸ਼ੁਰੂ ਹੋਣ। ਉਹ ਸਾਡੇ ਨਨਾਣ ਦਾ ਮੁੰਡਾ ਜਿਹੜਾ ਨਾ ਸ਼ੂਟਿੰਗ ਵਗੈਰਾ ਕਰਦਾ ਰਹਿੰਦਾ ਹੈ, ਕੋਹਲੀ ਦੇ ਨਾਂ ਅਮਨ ਕੋਹਲੀ, ਕੋਹਲੀ। ਗਰਮੀ ਇੰਨੀ ਹੋ ਚੁੱਕੀ ਹੈ, ਇੰਨੀ ਗਰਮੀ ਹੋ ਚੁੱਕੀ ਹੈ, ਬਸ ਗਰਮੀ ਦੀ ਧੋਵਾ ਹੋ ਚੁੱਕੀ ਹੈ ਸੱਚੀ। ਜੂਨ ਦਾ ਮਹੀਨਾ ਹੁਣ ਆ ਜਾਣਾ, ਜੂਨ ਦੇ ਮਹੀਨੇ 'ਚ ਸਭ ਤੋਂ ਜ਼ਿਆਦਾ ਗਰਮੀ ਹੁੰਦੀ ਹੈ, ਬਹੁਤ ਪਰੇਸ਼ਾਨੀ ਹੁੰਦੀ ਹੈ। ਇਹ ਦੋ ਤਿੰਨ ਮਹੀਨੇ ਕੱਟਣੇ ਬਹੁਤ ਮੌਤ ਹੋ ਜਾਂਦੇ ਨੇ। ਬਹੁਤ ਗਰਮੀ ਹੋ ਗਈ ਪਤਾ ਨਹੀਂ। ਸਰਦੀਆਂ ਚੱਲ ਲੱਗਦੇ ਨੇ, ਠੰਡ ਮਾਰ ਜਾਂਦੀ ਹੈ, ਗਰਮੀਆਂ 'ਚ ਗਰਮੀ ਮਾਰ ਜਾਂਦੀ ਹੈ, ਗਰਮੀਆਂ 'ਚ ਪਾਣੀ ਗਰਮ ਹੋ ਜਾਂਦਾ। ਜਿੰਨੀ ਸਰਦੀ ਪਈ ਹੈ ਨਾ ਓਨੀ ਗਰਮੀ ਪੈਣੀ,
ਮਸਾਲੇ ਦੇਖੀ ਆਪਾਂ ਕਹਿੰਦੇ ਸੀ ਨਾ ਪਸੀਨੇ ਛੋਟਣ ਵਾਲੀ ਗਰਮੀ ਨਹੀਂ ਆਈ ਇਹ ਆ ਗਰਮੀ ਹੁਣ ਆਪਾਂ ਕੰਮ ਕਰਿਆ ਕਰਾਂਗੇ ਨਾ ਰਸੋਈ 'ਚ ਸਾਨੂੰ ਇੱਦਾਂ ਹੀ ਲੱਗਿਆ ਕਰਨਾ ਪਸੀਨੇ ਪਸੀਨੇ ਲੋ ਗਾਈਜ਼ ਇੱਧਰ ਆਪਾਂ ਹੁਣ ਕਰ ਲਈਏ ਪਹਿਲਾਂ ਕੱਪੜੇ ਪ੍ਰੈਸ ਕਰਕੇ ਫਿਰ ਬਣਾਉਣੇ ਅੱਜ ਆਪਾਂ ਕੋਫਤੇ ਕੋਫਤਿਆਂ ਦੀ ਡਿਮਾਂਡ ਆਈ ਹੈ ਜੀ ਕੋਫਤੇ ਬਣਾਵਾਂਗੇ ਥੋੜ੍ਹਾ ਠੰਡੇ ਠੰਡਾ ਮੌਸਮ ਜਿਹਾ ਹੈ ਹੋਏਗਾ ਹਲੇ ਨਾ ਧੁੱਪ ਨਹੀਂ ਆਈ ਚੁੱਲ੍ਹੇ 'ਤੇ ਮੈਂ ਕਿਹਾ ਚਲੋ ਚਾਰੇ ਕੱਪੜੇ ਕਰ ਲਈਏ ਥੋੜ੍ਹਾ ਠੀਕ ਜਿਹਾ ਹੁੰਦਾ ਉੱਧਰ ਛਾਂ ਜਿਹੀ ਹੁੰਦੀ ਹੈ ਨਾ ਪੱਖਾ ਕਿਉਂ ਨਹੀਂ ਚਲਾਇਆ ਮੇਰੇ ਦਿਮਾਗ ਵਿੱਚ ਫਰਕ ਪੈ ਗਿਆ ਭੁੱਲ ਗਈ ਦੇਖ ਲੈ ਇੰਨਾ ਦਿਮਾਗ ਸੱਚੀ ਗਰਮੀ ਦੇ ਵਿੱਚ ਆਪ ਹੀ ਭੁੱਲ ਗਏ ਕਹਿੰਦੇ ਅਤੇ ਗਾਈਜ਼ ਕੋਲ ਗਰਮੀ ਦੇ ਵਿੱਚ ਚੁੱਲ੍ਹੇ 'ਤੇ ਕੰਮ ਕਰਨਾ ਔਖਾ ਬਹੁਤ ਲੱਗਦਾ ਪਰ ਕੀ ਕਰੀਏ ਸਾਨੂੰ ਆਦਤ ਬਣੀ ਹੋਈ ਹੈ ਵਧੀਆ ਲੱਗਦਾ ਕਿ ਚੁੱਲ੍ਹੇ 'ਤੇ ਕੰਮ ਕਰੋ ਥੋੜ੍ਹਾ ਜਲਦੀ ਹੋ ਜਾਂਦਾ ਬਸ ਹੋਰ ਕੁਛ ਨਹੀਂ ਇਸੇ ਤਾਂ ਗਰਮੀ ਦੇ ਵਿੱਚ ਵਾਕਈ ਹੁੰਦੀ ਹੈ ਅਤੇ ਲੋ ਗਾਈਜ਼ ਇੱਧਰ ਬਣਾਉਣ ਲੱਗੇ ਸੀ ਕੋਫਤੇ ਵਿੱਚ ਮਸਾਲਾ ਕੱਟ ਲਈਏ ਪੱਖੇ ਥੱਲੇ ਬਹਿ ਕੇ ਕੱਟੀਏ ਕਿਉਂਕਿ ਖੜਿਆ ਹੀ ਨਹੀਂ ਹੋਇਆ ਜਾ ਰਿਹਾ ਰਸੋਈ ਦੇ ਵਿੱਚ ਇੰਨੀ ਗਰਮੀ ਲੱਗ ਰਹੀ ਹੈ ਅਤੇ ਇੱਧਰ ਮੈਂ ਕਿਹਾ ਚਲੋ ਕੱਦੂਕਸ ਕਰਕੇ ਰੱਖ ਲੈਂਦੇ ਹਾਂ ਅਤੇ ਉੱਧਰ ਬਣਾ ਲਾਂਗੇ ਆਪਾਂ ਮਸਾਲਾ ਇੰਨੀ ਹੋ ਜਾਵੇ ਅਤੇ ਲੋ ਗਾਈਜ਼ ਇੱਧਰ ਆਪਾਂ ਕੱਦੂਕਸ ਕਰ ਲੈਂਦੇ ਹਾਂ ਆਪਣੀ ਘੀਆ ਅਤੇ ਬਾਕੀ ਆਪਾਂ ਮਸਾਲਾ ਵਗੈਰਾ ਸਾਰਾ ਕੁਛ ਗ੍ਰਾਈਂਡ ਕਰ ਲੈਂਦੇ ਹਾਂ ਆਲੇ ਪਿਆਜ਼ ਟਮਾਟਰ ਅਤੇ ਲਸਣ ਜਦ ਤੱਕ ਮੈਂ ਕੱਟੂੰਗੀ ਅਤੇ ਮੈਂ ਕਿਹਾ ਚਲੋ ਇਹਨੂੰ ਕੱਦੂਕਸ ਕਰਕੇ ਬਾਕੀ ਤਦ ਤੱਕ ਤੁਸੀਂ ਬਣੇ ਰਹੋ ਅਤੇ ਇੱਧਰ ਕਰ ਰਹੇ ਆਪਾਂ ਕੋਫਤਿਆਂ ਦੀ ਤਿਆਰੀ ਅਤੇ ਲੋ ਗਾਈਜ਼ ਇੱਧਰ ਆਪਾਂ ਕੱਦੂਕਸ ਕਰ ਲਿਆ ਸੀ ਅਤੇ ਹੁਣ ਆਪਾਂ ਛਾਣ ਲਿਆ ਸੀ ਬੇਸਣ ਬੇਸਣ ਨਾ ਹਮੇਸ਼ਾ ਆਉਂਦਾ ਤਾਂ ਵਧੀਆ ਪੈਕਿੰਗ 'ਚ ਹੈ ਪਰ ਛਾਣਨਾ ਚਾਹੀਦਾ ਸਾਨੂੰ ਕਿਉਂਕਿ ਪਤਾ ਨਹੀਂ ਹੁੰਦਾ ਬਸ ਵਹਿਮ ਰਹਿੰਦਾ ਨਾ ਕਈ ਵਾਰੀ ਕੁਛ ਵੈਸੇ ਤਾਂ ਸਾਫ਼ ਸੁਥਰਾ ਦੇਖੋ ਕੁਛ ਨਹੀਂ ਨਿਕਲਿਆ ਹੈਗਾ ਇੱਧਰ ਬਣਾਉਣ ਲਈ ਆਪਾਂ ਹੁਣ ਇਹਦੇ 'ਚ ਰਲਾ ਲਈਏ ਚੰਗੀ ਤਰ੍ਹਾਂ ਥੋੜ੍ਹਾ ਜਿਹਾ ਨਮਕ ਪਾ ਕੇ ਨਮਕ ਆਪਾਂ ਆਪਣਾ ਥੋੜ੍ਹਾ ਹੀ ਪਾਉਣਾ ਕਿਉਂਕਿ ਆਪਾਂ ਸਬਜ਼ੀ 'ਚ ਪਾਵਾਂਗੇ ਨਾ ਕੋਫਤਿਆਂ 'ਚ ਇਹ ਹੁੰਦਾ ਜਿਵੇਂ ਕਈ ਵਾਰੀ ਰੁੱਖੇ ਮੰਗ ਲੈਂਦੇ ਹਨ ਤਾਂ ਬਹੁਤ ਟੇਸਟੀ ਲੱਗਦਾ ਪਰ ਇਹਦੇ ਵਿੱਚ ਪਾਣੀ ਪਾਉਣ ਦੀ ਸਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ ਹੈਗੀ ਆਪਣੀ ਨੂੰ ਅੱਛੀ ਤਰ੍ਹਾਂ ਆਪਾਂ ਰਲਾ ਕੇ ਰੱਖ ਦਿੰਦੇ ਹਾਂ ਘੀਆ ਦੇ ਵਿੱਚ ਵੈਸੇ ਪਾਣੀ ਹੁੰਦਾ ਹੈ ਅਤੇ ਲਓ ਗਾਈਜ਼ ਇੱਧਰ ਕਰ ਲਿਆ ਸੀ ਆਪਾਂ ਤੇਲ ਗਰਮ ਅੱਗ ਬਾਲ ਲਈ ਸੀ ਅਤੇ ਅੱਗ ਬਹੁਤ ਜ਼ਿਆਦਾ ਤੇਜ਼ ਹੋ ਗਈ ਸਾਡੀ ਅੱਜ ਅਤੇ ਗਰਮੀ ਵੀ ਬਹੁਤ ਹੈ ਅਤੇ ਗਰਮੀ ਦੇ ਵਿੱਚ ਅੱਗ ਵੀ ਬਹੁਤ ਜ਼ਿਆਦਾ ਤੇਜ਼ ਬਲਦੀ ਹੈ ਅਤੇ ਆਹ ਦੇਖਦੇ ਹਾਂ ਆਪਾਂ ਹੁਣ ਕੱਢ ਕੇ ਇਹਨਾਂ ਨੂੰ ਕੋਫਤਿਆਂ ਨੂੰ ਸੀਟੀ ਬਹੁਤ ਹੋਣ ਲੱਗ ਗਈ ਹੁਣ ਗਰਮੀ ਹੋ ਗਈ ਨਾ
ਦੂਜਾ ਸਰ ਹੈ ਨਾ। ਲੋ ਜੀ ਇੱਦਾਂ ਆ ਗਏ ਸਾਡੇ ਕੋਫਤੇ। क्या हुआ मेरे बच्चे, किसने क्या देख लिया? क्या हुआ, क्या देख लेते अर्जस? की देखदा सी गु तुम? बब दा पया सीगा, लभदा सी? किथे गुम हो गए? कहां गुम हो गए? घर के बाहर गए छोड़ के अर्जस को? हां नानू, नानू गए खेत। ਮਸਾਲਾ ਗ੍ਰਾਇੰਡ ਕੀਤਾ ਹੋਇਆ, ਸਾਰਾ ਗ੍ਰਾਇੰਡ ਕਰ ਲਿਆ ਸੀ ਮੈਂ ਮਸਾਲਾ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਲਾਂਗੇ ਭੁੰਨ। ਮੇਰੇ ਲਈ ਵੀ ਚੀਜ਼ੀ ਲਾਇਆ ਹਰ ਜਿਸ ਕੇ? ਨਹੀਂ ਨਹੀਂ ਲਿਆਇਆ। ਕੀ ਲਿਆਇਆ ਪੁੱਤ? ਕੁੱਕਰ। ਕੁੱਕਰ? ਕੁੱਕਰ ਚੀਜ਼ੀ? ਮਸਾਲਾ ਸਾਡਾ ਹੋਰ ਬਣ ਗਿਆ ਥੋੜ੍ਹਾ ਥੋੜ੍ਹਾ ਬਰਾਊਨ। ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਟੇਸਟ ਅਨੁਸਾਰ ਥੋੜ੍ਹਾ ਜਿਹਾ ਨਮਕ ਪਾਵਾਂਗੇ, ਕਿਉਂਕਿ ਮੈਂ ਕੋਫਤਿਆਂ ਦੇ ਵਿੱਚ ਪਾਇਆ ਹੋਇਆ। ਅਤੇ ਬਾਕੀ ਪਾ ਦਿੰਦੇ ਹਾਂ ਹਲਦੀ, ਲਾਲ ਮਿਰਚ ਨਹੀਂ ਪਾਵਾਂਗੀ ਕਿਉਂਕਿ ਮੈਂ ਪਾਈ ਹੋਈ ਹੈ ਹਰੀ ਮਿਰਚ। ਅਤੇ ਪਾ ਦਿੰਦੇ ਹਾਂ ਇਹਦੇ ਵਿੱਚ ਕਿਚਨ ਕਿੰਗ ਮਸਾਲਾ, ਅਤੇ ਥੋੜ੍ਹਾ ਜਿਹਾ ਪਾ ਦਿੰਦੇ ਇਹਦੇ ਵਿੱਚ ਗਰਮ ਮਸਾਲਾ, ਇਹਦੇ ਨਾਲ ਟੇਸਟ ਬਹੁਤ ਵਧੀਆ ਆ ਜਾਂਦਾ। ਅਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲੈਂਦੇ ਹਾਂ। ਥੋੜ੍ਹਾ ਜਿਹਾ ਪਾਣੀ ਪਾ ਕੇ ਨਾ ਅੱਛੀ ਤਰ੍ਹਾਂ ਭੁੱਜ ਜਾਏਗਾ।
ਤੇ ਲਓ ਗਾਈਸ ਮਸਾਲਾ ਸਾਡਾ ਭੁੱਜ ਗਿਆ। ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਣੀ ਪਾ ਕੇ ਰਚਾ ਲਾਂਗੇ। ਤੇ ਲਓ ਗਾਈਸ ਇੱਧਰ ਪਾਣੀ ਸਾਡਾ ਰਿੱਝ ਗਿਆ ਚੰਗੀ ਤਰ੍ਹਾਂ ਤੇ ਆ ਦੇਖੋ ਜੀ ਕੋਫਤੇ ਬਣੇ ਪਏ। ਹੁਣ ਆਪਾਂ ਰਿੱਝਦੇ ਪਾਣੀ 'ਚ ਨਾ ਕੋਫਤੇ ਪਾ ਦਾਂਗੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਿਝਾ ਦਿੰਦੇ ਹਾਂ। ਚਲੋ ਗਾਈਸ ਇੱਧਰ ਬਣ ਗਈ ਸਾਡੀ ਸਬਜ਼ੀ ਆ ਦੇਖੋ ਜੀ ਕੋਫਤੇ ਬਣ ਗਏ। ਅਤੇ ਹੁਣ ਆਪਾਂ ਇਹਦੇ 'ਤੇ ਪਾ ਦਈਏ ਹਰਾ ਹਰੀਆ ਜਿਹਾ ਧਨੀਆ, ਵਧੀਆ ਲੱਗਦਾ। ਅਤੇ ਵੀਡੀਓ ਦਾ ਕਰਦੀ ਹਾਂ ਮੈਂ ਐਂਡ, ਕਿੱਦਾਂ ਦੀ ਬਣੀ ਮੇਰੀ ਸਬਜ਼ੀ? ਬੜੀ ਗਰਮੀ 'ਚ ਬਣਾਈ ਹੈ ਅਤੇ ਮੈਨੂੰ ਪਲੀਜ਼ ਪਿਆਰਾ ਜਿਹਾ ਕਮੈਂਟ ਅਤੇ ਸੋਹਣਾ ਜਿਹਾ ਲਾਈਕ ਜ਼ਰੂਰ ਦਈਓ, ਠੀਕ ਹੈ? ਅਤੇ ਆਹ ਦੇਖੋ ਜੀ ਗਾਈਸ ਬਣ ਕੇ ਸਬਜ਼ੀ ਸਾਡੀ ਹੋ ਗਈ ਤਿਆਰ। ਆ ਜਾਓ ਜਿੰਨੇ ਜਿੰਨੇ ਖਾਣੀ ਹੈ ਖਾ ਲਓ ਕੋਫਤਿਆਂ ਦੀ ਸਬਜ਼ੀ। ਅਤੇ ਥੈਂਕ ਯੂ ਸੋ ਮੱਚ ਤੁਹਾਡਾ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ। ਬਾਕੀ ਬਾਈ ਜੀ ਤੁਸੀਂ ਹਮੇਸ਼ਾ ਖੁਸ਼ ਹੋ, ਚੜ੍ਹਦੀ ਕਲਾ 'ਚ ਰਹੋ। ਸਤਿ ਸ਼੍ਰੀ ਅਕਾਲ। ਅਤੇ ਲਓ ਜੀ ਇੱਧਰ ਬਣਾ ਲਈ ਆਪਾਂ ਚਟਨੀ, ਅੰਬੀ ਦੀ ਚਟਨੀ ਬਣਾਈ ਅੱਜ ਅਤੇ ਆਪਾਂ ਹੁਣ ਖਾਵਾਂਗੇ। ਵਧੀਆ ਬਣਦੀ ਹੈ, ਬਹੁਤ ਟੇਸਟੀ ਬਣਦੀ ਹੈ। ਵਿੱਚ ਮੈਂ ਪਿਆਜ਼ ਪਾ ਲਏ ਸੀ, ਅੰਬੀ ਪਾ ਲਈ, ਹਰੀਆਂ ਮਿਰਚਾਂ ਪਾ ਲਈਆਂ। ਜੇਕਰ ਤੁਸੀਂ ਪਾਉਣਾ ਵਿੱਚ ਧਨੀਆ ਪੁਦੀਨਾ ਵੀ ਪਾ ਸਕਦੇ ਹੋ। ਇਹ ਮੈਂ ਇੱਦਾਂ ਹੀ ਬਣਾਈ ਹੈ।